ਉਸ ਤੋਂ ਕੱਲ੍ਹ ਦਾ ਵਿਵਾਦ ਚੱਲ ਰਿਹਾ ਹੈ, ਸਿੱਧੂ ਮੂਸੇਵਾਲੇ ਬਾਰੇ ਗਲਤ ਬੋਲਿਆ ਸੀ ਜੇ ਟਰੈਕ। ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਕੇ ਹੁਣ ਜੇ ਟਰੈਕ ਨੇ ਮਾਫ਼ੀ ਵੀ ਮੰਗੀ ਆ। ਮੁੱਦਾ ਕੀ ਸੀ ਤੁਹਾਨੂੰ ਪਤਾ ਹੀ ਆ ਦੋਸਤੋ, ਸਿੱਧੂ ਮੂਸੇਵਾਲੇ ਦੇ ਕਿਸੇ ਫੈਨ ਨੂੰ ਸਿੱਧੂ ਬਾਰੇ ਬਹੁਤ ਜ਼ਿਆਦਾ ਗਲਤ ਬੋਲਿਆ ਸੀ। ਉਹ ਸਾਰੇ ਸਕਰੀਨਸ਼ੋਟਸ ਤੁਸੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਦੇਖ ਕੇ ਵੀ ਹੋਣਗੇ। ਫਿਰ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਹਨੇਰੀ ਲਿਆਤੀ ਜੇ ਟਰੈਕ ਦੇ ਕਮੈਂਟ ਸੈਕਸ਼ਨ ਦੇ ਵਿੱਚ। ਫਿਰ ਬਾਅਦ ਦੇ ਵਿੱਚ ਜੇ ਟਰੈਕ ਨੂੰ ਸਟੋਰੀ ਪਾਉਣੀ ਪਈ ਇੰਸਟਾਗ੍ਰਾਮ 'ਤੇ। ਇਹ ਸਟੋਰੀ ਪਾਈ ਹੋਈ ਆ ਅਤੇ ਕਿਹਾ ਵੀ ਮੈਂ ਅਪੋਲੋਜਾਈਜ਼ ਕਰਦਾ ਹਾਂ ਅਤੇ ਉਸ ਸਮੇਂ ਮੇਰਾ ਹੀ ਦਿਮਾਗ ਦੀ ਸਥਿਤੀ ਠੀਕ ਨਹੀਂ ਸੀ ਵੀ, ਅਤੇ ਇਟਸ ਬੀਨ ਆਲ ਲਵ ਸਿੰਸ ਡੇ ਵਨ, ਅਤੇ ਪਹਿਲੇ ਦਿਨ ਤੋਂ ਪਿਆਰ ਆ ਅਤੇ ਵਿਲ ਕੰਟੀਨਿਊ ਟੂ ਬੀ ਡੈਟ। ਕੀ ਕਹਿਣਾ ਚਾਹੋਗੇ ਦੋਸਤੋ ਇਸ ਸਟੋਰੀ ਦੇ ਬਾਰੇ? ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ।